ਬੰਦੇ ਟਰ ਜਾਂਦੇ ਨੇ ਦੁਨੀਆ ਤੋਂ ਪਰ ਯਾਦਾਂ ਛੱਡ ਜਾਂਦੇ ਨੇ ਇੱਕ ਦਿਨ ਚੌਰੀ ਮਹੰਮਦ ਸੈਨ ਕੋ ਮਨ ਤੇ ਮੈਂ ਬੈਠੇ ਤੇ ਚੌਰੀ ਮਹੰਮਦ ਸੈਨ ਆਖਣ ਲੱਗਾ ਵੀ ਵੈਸ ਇੱਕ ਦਿਨ ਮਰ ਜਾਣਾ ਯਾਰ ਸਾਡੀ ਵੀ ਵਾਰੀ ਆਉਣ ਵਾਲੀ ਤੇ ਮੈਂ ਗੁਰੂਪਿਆ ਮੈਂ ਬਾਬਾ ਜੀ ਇਹ ਗੱਲ ਨਾ ਕਰੋ ਤੇ ਆਖਣ ਲੱਗੇ ਕੀ ਗੱਲ ਮਰਨਾ ਨੇ ਮੈਂ ਮਰਨਾ ਤੇ ਹੈ ਵੀ ਪਰ ਔਖਾ ਟੈਮੈਂ ਮੈਂ ਦੁਆ ਕਰਨਾ ਕਿ ਪਹਿਲਾਂ ਮੈਂ ਮਰ ਜਾਵਾਂ ਮੈਂ ਤੁਹਾਡੇ ਉੱਤੇ ਆਇਆ ਇਹ ਟਾਈਮ ਨਾ ਵੇਖਾਂ ਤੇ ਉਹ ਤੋਂ ਅੱਖਾਂ 'ਚ ਪਾਣੀ ਆ ਗਿਆ ਤੇ ਆਖਣ ਲੱਗੇ ਮੈਂ ਦੁਆ ਕਰਨਾ ਕਿ ਤੇਰੇ ਤੋਂ ਪਹਿਲਾਂ ਮੈਂ ਮਰ ਜਾ ਮੈਂ ਇਹ ਟਾਈਮ ਨਾ ਵੇਖਾਂ ਆਪੇ ਗੱਲ ਸੁਣਾਣ ਲੱਗ ਪਏ ਉਹਨੇ ਗੱਲ ਸੁਣ ਕੇ ਵਕਤ ਦਾ ਬਾਦਸ਼ਾਹ ਸੀ ਤੇ ਬੜੀ ਉਹਨੇ ਬਾਦਸ਼ਾਹਤ ਕੀਤੀ ਜਦ ਉਹਦਾ ਆਖਰੀ ਟਾਈਮ ਕਰੀਬ ਆਇਆ ਨਾ ਤੇ ਹਕੀਮ ਤਬੀਬ ਤੇ ਬੜੇ ਬੜੇ ਸਿਆਣੇ ਦਾਣਾ ਉਹਦੇ ਕੋਲ ਬੈਠੇ ਸਨ ਤੇ ਉਹ ਦਾ ਨਾਲ ਲੋਕਾਂ ਨੇ ਪੁੱਛਿਆ ਵੀ ਬਾਦਸ਼ਾਹ ਹੁਣ ਜਾਣਿਆ ਪਿਆ ਅਗਾ ਤੇ ਤੇਰੀ ਕੀ ਖੁਆਇ ਹੈ ਸੇ ਕੀ ਚਾਨਾ ਕੀ ਇਹ ਤੂੰ ਤੇ ਬਾਦਸ਼ਾਹ ਅੱਖਾਂ ਲਗਾ ਮੈਂ ਚਾਹਦਾ ਐ ਸਾਂ ਕਿ ਮੈਂ ਮਰਦਾ ਨਾ ਤੇ ਬਾਦਸ਼ਾਹ ਹਦ ਮੇਰੀ ਹੋਈ ਰਹਿੰਦੀ ਕਿ ਉਹ ਨਾ ਆਖਿਆ ਇੰਜ ਨਹੀਂ ਹੁੰਦਾ ਇਹ ਚੌਰੀ ਮਹਮਸੈਨ ਮੈਨੂੰ ਗੱਲ ਸੁਣਾਈ ਵਿਯੋਦਾ ਨਾਲ ਲੋਕਾਂ ਨੇ ਬਾਦਸ਼ਾਹ ਨੂੰ ਆਖਿਆ ਵੀ ਇੰਜ ਨਹੀਂ ਹੁੰਦਾ ਵਾਰੀ ਆਪੋ ਆਪਣੀ ਦੇ ਨਾਲ ਜਾਣਾ ਹੀ ਪੈਂਦਾ ਤੂੰ ਇਹ ਚਾਨਣ ਨਾ ਕਿ ਮੈਂ ਮਰਾਂ ਨਾ ਤੇ ਬਾਦਸ਼ਾਹਤ ਮੇਰੀ ਹੋਈ ਰਵੇ ਤੇ ਇਹ ਝੂਠ ਹੈ ਇਸ ਵਾਸਤੇ ਤੇਰੇ ਤੋਂ ਪਹਿਲੇ ਬਾਦਸ਼ਾਹ ਜੇ ਮਰਦੇ ਨਾ ਨਾ ਤੇ ਫਿਰ ਬਾਦਸ਼ਾਹਤ ਤੇਰੇ ਹੱਥ ਵੀ ਆਉਣੀ ਨਹੀਂ ਸੀ ਫਿਰ ਉਹ ਹੀ ਬਾਦਸ਼ਾਹ ਰਹਿੰਦੇ ਫਿਰ ਤੂੰ ਬਾਦਸ਼ਾਹ ਕਿਵੇਂ ਬਨਣਾ ਇਹ ਪਾਸਾ ਪਰਤਨਾ ਇਹ ਵਾਰੀ ਕਿਸੇ ਹੋਰ ਆਤ ਵੈਸ ਜਾ ਨਹੀਂ ਜਾਣੀ ਚਲੋ ਇੱਕ ਦੂਜੇ ਨਾਲ ਬਹਿ ਕੇ ਬਥੇਰੇ ਦੁੱਖ ਸੁੱਖ ਹੀ ਕਰਦੇ ਰਹੇ ਤੇ ਉਹ ਗੱਲਾਂ ਤੇ ਬੈਠੀਆਂ ਵਾਵਾ ਹੋਈਆਂ ਨਾ ਤੇ ਚੌਰੀ ਮਾਮ हुसैन ਨੇ ਮੈਨੂੰ ਆਖਿਆ ਵੀ ਵੈਸ ਤੂੰ ਮੇਰਾ ਕੋੜਾ ਬਟਾ ਖਾਣਾ ਉਹ ਕੋੜਾ ਬਟਾ ਆੰਦਨੇ ਮਰਨੇ ਵਾਲੇ ਦਿਨ ਜਿਹੜੀ ਰੋਟੀ ਪੱਕਦੀ ਹੈ ਨਾ ਪਰ ਉਹਨੇ ਖਾਂਦੇ ਨੇ ਉਹਨੂੰ ਕੌੜਾ ਵਟਾ ਆਂਦੇ ਨੇ ਐ ਤੂੰ ਮੇਰਾ ਕੌੜਾ ਵਟਾ ਖਾਣਾ ਤੇ ਮੈਂ ਨਹੀਂ ਬਾਬਾ ਜੀ ਮੈਂ ਕੌੜਾ ਵਟਾ ਨਹੀਂ ਖਾਣਾ ਮੈਂ ਨਾ ਤੂੰ ਹੀ ਮੇਰਾ ਕੌੜਾ ਵਟਾ ਖਾਣਾ ਆਖਣ ਲੱਗੇ ਫਲਾਣਾ ਢਿੰਗੜਾ ਹੋਵੇ ਜੇ ਤੇਰੇ ਨਾਲ ਵਾਦਾ ਕਾਟਾ ਹੋ ਗਿਆ ਤੇ ਕੌੜਾ ਵਟਾ ਮੈਂ ਖਾਵਾਂ ਤੇ ਫਲਾਣਾ ਢਿੰਗੜਾ ਆਵਾਂ ਤੇ ਮੈਂ ਬਾਬਾ ਜੀ ਜੇ ਇਹ ਗੱਲ ਹੈ ਨਾ ਤੇ ਮੈਂ ਵੀ ਫੇ ਹੁਮ ਮੰਨੇ ਜੇ ਤੁਹਾਡਾ ਕੌੜਾ ਵਟਾ ਖਾਵਾਂ ਐ ਜਦਨ ਬਾਬੇ ਦੀ ਫੌਤ ਹੋਏ ਨਾ ਰਾਤੀ ਫੋਟ ਹੋ ਗਿਆ ਸਭ ਜਨਾਜ਼ਾ ਸਵੇਰੇ 11 ਵਜੇ ਸੀ ਤੇ ਉਮਰ ساری ਰਾਤ ਵੀ ਇੰਜ ਨੰਗ ਗਈ ਅਗੋ ਸਵੇਰੇ ਵੀ ਮਤਲਬ 11 ਵਜੇ ਗਿਆ ਤੋ ਦਫਨ ਕਰ ਦਿਆ 12 1 ਵਜੇ ਗਿਆ ਉਹ ਜੀਆਂ ਬੜਿਆ ਆਖਿਆ ਵੀ ਯਾਰ ਕੋ ਰੋਟੀ ਦੀ ਬੁਰਕੀ ਖਾਲੇ ਰਾਤ ਦਾ ਭੁੱਖਾ ਮੈਂ ਤੁਹਾਨੂੰ ਵਿੱਚਲੀ ਗੱਲ ਦਣਾ ਹੀ ਮਤ ਟੁਰ ਗਏ ਨੇ ਦਿਲਦਾਰ ਦਿਲਾਂ ਦੇ ਵਤਨوں ਚੁੱਕ ਮਹਾਰਾਂ ਉਜੜੀ ਬਸਤੀ ਨਜ਼ਰੀ ਆਵੇ ਕੰਡ ਕੀਤੀ ਜਦੋਂ ਯਾਰਾ ਚਲੋ ਦੁਆ ਕਰੋ ਅੱਲਾ ਪਾਕ ਬਾਬਾ ਜੀ ਮੁਹੰਮਦ ਹੁਸੈਨ ਕੁੰਮਨ ਸਾਹਿਬ ਨੂੰ ਗਰੀਕ ਰਹਿਮਤ ਕਰੇ ਔਰ ਜੰਨਤੁਲ ਫਰਦਾ우스 ਦੇ ਵਿੱਚ ਆਲਾ ਮਕਾਮ ਤਾ ਫਰਮਾਵੇ ਚੋਰੀ ਮੁਹੰਮਦ ਹੁਸੈਨ ਕੁੰਮਨ ਸਾਹਿਬ ਦੇ ਇਸਾਲੇ ਸਵਾਬ ਦੀ ਮਹਿਫਲ ਪਿੰਡ ਜੋੜੀਆਂ ਕਲਾਂ ਸਿਆਲਕੋਟ ਜ਼ੈਨ ਮਰਜਾਲ ਦੇ ਵਿੱਚ اہتمام ਕੀਤਾ ਗਿਆ ਹੈ तमाम ਅਹਿਬਾਬ ਅਗੇ ਗੁਜ਼ਾਰਸ਼ ਕੀਤੀ ਜਾਂਦੀ ਹੈ ਕਿ 11 ਵਜੇ ਇਤਵਾਰ ਵਾਲੇ ਦਿਨ टाइम काट के पिंड ज्यौड़ियाँ कलं तशरीफ लियाओ और चौरी मुहम्मद हुसैन कुमन साहब के इसाले स्वाब की महफल में शिरकत करो और दुआ करो अल्लाह पाक चौरी साहब न गरीके राममत करे और जन्नत उल चाला चाल मुकाम अता फरमाए।